ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇੰਨੀ ਜਿਹੜੀ ਕਸੂਤੀ ਘਿਰਦੀ ਨਜ਼ਰ ਆ ਰਹੀ ਹੈ। ਕਾਰਨ ਇਹਦੇ ਪਿੱਛੇ ਇਹ ਹੈ ਕਿ ਬੇਸ਼ੱਕ ਸੱਤਾਧਾਰੀ ਧਿਰ ਕਾਂਗਰਸ ਪਾਰਟੀ ਦੇ ਆਗੂ ਹੋਣ ਜਾਂ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਆਗੂ ਹੋਣ, ਉਹਨਾਂ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਨਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਵੀ ਅਤੇ ਆਮ ਆਦਮੀ ਪਾਰਟੀ ਦੇ ਸਿਧਾਂਤ ਵੀ ਸਾਰਾ ਕੁਝ ਵਿੱਚੇ ਘੜੀਸਿਆ ਜਾ ਰਿਹਾ। ਇਹ ਮੰਗ ਕੀਤੀ ਜਾ ਰਹੀ ਹੈ ਕਿ ਸੁਖਪਾਲ ਸਿੰਘ ਖਹਿਰਾ ਹੁਣ ਦਾਗੀ ਬੰਦਾ ਹੋ ਚੁੱਕਿਆ। ਮੰਗ ਇਹ ਵੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਇਆ ਜਾਵੇ। ਕਾਰਨ ਇਹਦੇ ਪਿੱਛੇ ਇਹ ਕਿਹਾ ਜਾ ਰਿਹਾ ਕਿ 2015 ਦੇ ਇੱਕ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਫਾਜ਼ਿਲਕਾ ਦੀ ਮਾਣਯੋਗ ਅਦਾਲਤ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਸੰਮਣ ਜਾਰੀ ਕੀਤੇ ਗਏ ਆ ਅਤੇ ਜਦੋਂ ਹੁਣ ਸੰਮਣ ਜਾਰੀ ਕੀਤੇ ਗਏ ਆ ਤਾਂ ਫਿਰ ਖਹਿਰੇ ਦਾ ਇਸ ਅਹੁਦੇ ਦੇ ਉੱਤੇ ਬਣੇ ਰਹਿਣ ਦੀ ਕੋਈ ਤੁੱਕ ਨਹੀਂ ਬਣਦੀ, ਇਹਦਾ ਕੋਈ ਤਰਕ ਨਹੀਂ ਬਣਦਾ। ਇਸ ਕਰਕੇ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਸੂਤੀ ਘਿਰੀ ਹੈ ਅਤੇ ਇਸ ਘੇਰੇ ਦੇ ਵਿੱਚੋਂ ਆਮ ਆਦਮੀ ਪਾਰਟੀ ਕਿਵੇਂ ਬਾਹਰ ਨਿਕਲੇਗੀ ਇਹ ਤਾਂ ਵਕਤ ਦੱਸੇਗਾ। ਜਾਣਕਾਰੀ ਤਾਂ ਦੋਸਤੋ ਇਹ ਵੀ ਮਿਲੀ ਹੈ ਕਿ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਨੇ ਆਪਣੇ ਦਸਤਖਤਾਂ ਦੇ ਹੇਠ ਇੱਕ ਮੰਗ ਪੱਤਰ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪਿਆ। ਇਹਦੇ ਜ਼ਰੀਏ ਮੰਗ ਕੀਤੀ ਗਈ ਹੈ ਕਿ ਖਹਿਰੇ ਹੋਰਾਂ ਨੂੰ ਕਿਉਂ ਨਾ ਜਲਦੀ ਤੋਂ ਜਲਦੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵਾਲੀ ਭੂਮਿਕਾ ਤੋਂ ਫਾਰਗ ਕੀਤਾ ਜਾਵੇ। ਹੁਣ ਸਪੀਕਰ ਸਾਹਿਬ ਇਸ ਮਾਮਲੇ ਦੇ ਉੱਤੇ ਕੀ ਕਾਰਵਾਈ ਕਰਦੇ ਆ ਇਹਦੇ ਬਾਬਤ ਤਾਂ ਕੁਝ ਕਹਿ ਨਹੀਂ ਸਕਦੇ, ਪਰ ਬੜਾ ਵੱਡਾ ਮੌਕਾ ਹੱਥ ਲੱਗਿਆ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਅਤੇ ਖਹਿਰੇ ਦੇ ਮੋਢੇ ਨੂੰ ਵਰਤ ਕੇ ਅਤੇ ਬੰਦੂਕਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਸਿਧਾਂਤਾਂ ਦੇ ਵੱਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਗੱਲ ਵੱਖਰੀ ਹੈ ਦੋਸਤੋ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਭਾਵੇਂ ਸੱਤਾਧਾਰੀ ਧਿਰ ਹੋਵੇ ਭਾਵੇਂ ਸਾਬਕਾ ਸਰਕਾਰ ਦੇ ਕਈ ਆਗੂ ਹੋਣ, ਉਹਨਾਂ ਦੇ ਉੱਤੇ ਵੱਖ ਵੱਖ ਤਰ੍ਹਾਂ ਦੇ ਪਰਚੇ ਵੀ ਦਰਜ ਹੈਗੇ ਨੇ। ਉਹਨਾਂ ਨੂੰ ਵੀ ਵੱਖ ਵੱਖ ਮਾਮਲਿਆਂ ਦੇ ਵਿੱਚ ਕਈ ਤਰ੍ਹਾਂ ਦੇ ਸੰਮਣ ਵੀ ਜਾਰੀ ਹੁੰਦੇ ਰਹੇ ਨੇ, ਪਰ ਉਸ ਵਕਤ ਜਿਨ੍ਹਾਂ ਨੇ ਅਸਤੀਫੇ ਨਹੀਂ ਸੀ ਦਿੱਤੇ ਉਹ ਅੱਜ ਦੀ ਤਰੀਕ ਦੇ ਵਿੱਚ ਸੁਖਪਾਲ ਖਹਿਰੇ ਦੇ ਅਸਤੀਫੇ ਦੀ ਮੰਗ ਜ਼ਰੂਰ ਕਰ ਰਹੇ ਆ। ਅਤੇ ਸੁਖਪਾਲ ਸਿੰਘ ਖਹਿਰਾ ਨੇ ਇਹ ਗੱਲ ਕਹੀ ਹੈ ਪ੍ਰੈਸ ਕਾਨਫਰੰਸ ਕਰਕੇ ਕਿ ਅਸਤੀਫਾ ਦੇਣ ਦਾ ਸਵਾਲ ਕੋਈ ਨਹੀਂ ਪੈਦਾ ਹੁੰਦਾ ਅਤੇ ਜਿਹੜੇ ਇਹ ਸੰਮਣ ਜਾਰੀ ਹੋਏ ਨੇ ਇਹ ਸੰਮਣ ਹੋਏ ਆ ਸਰਕਾਰੀ ਪ੍ਰਭਾਵ ਦੇ ਤਹਿਤ ਮੈਨੂੰ ਜਾਰੀ। ਅਤੇ ਨਾਲ ਹੀ ਇਹ ਗੱਲ ਕਹੀ ਗਈ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਅਤੇ ਅਕਾਲੀ ਦਲ ਦੇ ਸਾਰੇ ਆਗੂ ਇਹ ਇਕੱਠੇ ਹੋ ਗਏ ਨੇ ਅਤੇ ਮੇਰੇ ਖਿਲਾਫ਼ ਇਹ ਘੇਰਾਬੰਦੀ ਕਰ ਰਹੇ ਆ। ਸੋ ਹੁਣ ਸੁਖਪਾਲ ਸਿੰਘ ਖਹਿਰਾ ਹੋਰਾਂ ਦੀਆਂ ਗੱਲਾਂ ਦੇ ਉੱਤੇ ਪੰਜਾਬ ਦੇ ਅਤੇ ਪੰਜਾਬੋਂ ਬਾਹਰ ਵਸਦੇ ਪੰਜਾਬੀ ਨੇ ਜਿਹੜੇ ਉਹ ਕਿੰਨਾ ਕੁ ਯਕੀਨ ਕਰਦੇ ਨੇ ਇਹ ਵਕਤ ਦੱਸੇਗਾ। ਪਰ ਜਦੋਂ ਹੁਣ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ ਹੈ, ਉਸ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਨਿਕਲਣਾ ਪਿਆ ਅਤੇ ਹੁਣ ਵੀ ਲਗਾਤਾਰ ਆਮ ਆਦਮੀ ਪਾਰਟੀ ਦੇ ਨਾਲ ਕਈ ਕਿਸਮ ਦੇ ਵਿਵਾਦ ਜੁੜ ਰਹੇ ਨੇ, ਕਿਉਂਕਿ ਚੰਦਨ ਗਰੇਵਾਲ ਜਿਹੜੇ ਕਿ ਕਰਤਾਰਪੁਰ ਵਿਧਾਨ ਸਭਾ ਸੀਟ ਤੋਂ ਵਿਧਾਨ ਸਭਾ ਦੀ ਚੋਣ ਲੜ ਗਏ ਸੀ ਅਤੇ ਉਹਨਾਂ ਦੇ ਵੱਲੋਂ ਵੀ ਅਸਤੀਫਾ ਦਿੱਤਾ ਗਿਆ। ਅਮਾਨਤੁੱਲਾ ਖਾਨ ਜਿਹੜੇ ਕਿ ਦਿੱਲੀ ਦੇ ਓਖਲਾ ਖੇਤਰ ਤੋਂ ਵਿਧਾਇਕ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਪਰੇ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦਾ ਕੁਮਾਰ ਵਿਸ਼ਵਾਸ ਦੇ ਨਾਲ ਵਿਵਾਦ ਚੱਲਦਾ ਸੀ ਅਤੇ ਹੁਣ ਕੁਮਾਰ ਵਿਸ਼ਵਾਸ ਨੂੰ ਪਰੇ ਕੀਤਾ ਜਾ ਰਿਹਾ ਕਿਉਂਕਿ ਅਮਾਨਤੁੱਲਾ ਖਾਨ ਨੂੰ ਵਾਪਸ ਪਾਰਟੀ ਦੇ ਵਿੱਚ ਲੈ ਲਿਆ ਗਿਆ। ਇਹ ਸਾਰੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਨਾਲ ਵਿਵਾਦਾਂ ਦੇ ਰੂਪ ਦੇ ਵਿੱਚ ਜੁੜ ਰਹੀਆਂ ਅਤੇ ਐਨ ਮੌਕੇ ਦੇ ਉੱਤੇ ਜਦੋਂ ਸੁਖਪਾਲ ਸਿੰਘ ਖਹਿਰਾ ਵਾਲਾ ਮਾਮਲਾ ਸਾਹਮਣੇ ਆਇਆ ਤਾਂ ਫਿਰ ਵਿਰੋਧੀ ਪਾਰਟੀਆਂ ਦੀਆਂ ਜਿਹੜੀਆਂ ਜਿਸ ਤਰੀਕੇ ਦੇ ਨਾਲ ਸਰਗਰਮੀਆਂ ਤੇਜ਼ ਹੋਈਆਂ ਉਹਨਾਂ ਨੇ ਸਭ ਦਾ ਧਿਆਨ ਖਿੱਚਿਆ ਅਤੇ ਮੀਡੀਆ ਦੇ ਵਿੱਚ ਖਹਿਰਾ ਖਹਿਰਾ ਹੋਈ ਪਈ ਹੈ ਅਤੇ ਵੇਰਵਾ ਜੋ ਸਾਡੇ ਸਾਹਮਣੇ ਰਿਪੋਰਟ ਦਾ ਆਇਆ ਉਹ ਇਸ ਤਰੀਕੇ ਨਾਲ ਹੈ ਕਿ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਆਪਣੇ ਖਿਲਾਫ਼ ਜਾਰੀ ਸੰਮਣਾਂ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਖਿਲਾਫ਼ ਜਾਰੀ ਹੋਏ ਸੰਮਣਾਂ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਉਹ ਖੂਬ ਵਰੇ ਨੇ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਫਾਜ਼ਿਲਕਾ ਅਦਾਲਤ ਵੱਲੋਂ ਉਹਨਾਂ ਨੂੰ 319 ਧਾਰਾ ਦੇ ਤਹਿਤ ਸਰਾਸਰ ਗਲਤ ਸੰਮਣ ਕੀਤੇ ਜਾਣ ਦੀ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਦੇ ਉੱਪਰ ਸਿਆਸੀ ਤੌਰ ਦੇ ਉੱਤੇ ਪ੍ਰੇਰਿਤ ਕਾਨੂੰਨੀ ਮਸ਼ੀਨਰੀ ਵੱਲੋਂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਉਹਨਾਂ ਖਿਲਾਫ਼ ਲਾਏ ਗਏ ਸਰਾਸਰ ਝੂਠੇ ਇਲਜ਼ਾਮ ਮੈਨੂੰ ਡਰਾਉਣ ਦੇ ਲਈ
ਭ੍ਰਿਸ਼ਟਾਚਾਰ ਤੇ ਗਲਤ ਕੰਮਾਂ ਦੇ ਖਿਲਾਫ ਮੇਰੀ ਉੱਠ ਰਹੀ ਆਵਾਜ਼ ਨੂੰ ਦਬਾਉਣ ਦੀ ਇੱਕ ਹੋਰ ਕੋਸ਼ਿਸ਼ ਹੈ। ਖਹਿਰਾ ਨੇ ਕਿਹਾ ਕਿ ਝੂਠੇ ਡਰੱਗਜ਼ ਮਾਮਲੇ ਦੇ ਵਿੱਚ ਉਹਨਾਂ ਨੂੰ ਫਸਾਉਣ ਦੀ ਸਾਜ਼ਿਸ਼ ਤਾਂ ਜੁਰਮ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਨੂੰ ਦਬਾਉਣ ਦੇ ਬਰਾਬਰ ਹੈ। ਸਰਕਾਰ ਉੱਪਰ ਵਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਜਿੱਥੇ ਡਰੱਗ ਮਾਫੀਆ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਬੂਤ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਉਸ ਨੂੰ ਸ਼ਰੇਆਮ ਬਚਾ ਰਹੇ ਨੇ ਅਤੇ ਬਦਲਾ ਲੈਣ ਦੇ ਲਈ ਮੈਨੂੰ ਝੂਠਾ ਫਸਾਇਆ ਜਾ ਰਿਹਾ। ਖਹਿਰਾ ਨੇ ਹੈਰਾਨੀ ਪ੍ਰਗਟਾਈ ਕਿ ਫਾਜ਼ਿਲਕਾ ਦਾ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਉਹਨਾਂ ਨੂੰ ਸੰਮਨ ਕਰਨ ਦੀ ਬੋਗਸ ਅਰਜ਼ੀ ਕਿਵੇਂ ਦੇ ਸਕਦਾ ਹੈ, ਜਦਕਿ ਉਹਨਾਂ ਦਾ ਨਾਂ ਨਾ ਤਾਂ FIR ਦੇ ਵਿੱਚ ਹੈ ਅਤੇ ਨਾ ਹੀ ਚਾਰਜਸ਼ੀਟ ਦੇ ਵਿੱਚ, ਨਾ ਹੀ ਕਿਸੇ ਗਵਾਹ ਦੇ ਬਿਆਨ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਮਾਰਚ 2015 ਵਿੱਚ ਡਰੱਗ ਸਕੈਂਡਲ ਦਾ ਖੁਲਾਸਾ ਹੋਣ ਤੋਂ ਬਾਅਦ ਉਸ ਵੇਲੇ ਦੀ ਬਾਦਲ ਸਰਕਾਰ ਨੇ IG ਬਠਿੰਡਾ ਜ਼ੋਨ ਦੀ ਅਗਵਾਈ ਵਿੱਚ SIT ਦਾ ਗਠਨ ਕੀਤਾ ਸੀ, ਜਿਸ ਦੇ DIG ਫਿਰੋਜ਼ਪੁਰ ਰੇਂਜ ਅਤੇ SSP ਫਾਜ਼ਿਲਕਾ ਮੈਂਬਰ ਸਨ। SIT ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ, ਪਰੰਤੂ ਮੇਰੇ ਖਿਲਾਫ਼ ਕੋਈ ਸਬੂਤ ਨਹੀਂ ਮਿਲਿਆ, ਜਿਸ ਕਰਕੇ ਮੇਰਾ ਨਾਂ ਕਿਸੇ ਵੀ FIR ਚਾਰਜਸ਼ੀਟ ਅਤੇ ਟ੍ਰਾਇਲ ਦੇ ਵਿੱਚ ਨਹੀਂ ਆਇਆ। ਇਹ ਵੀ ਹੈਰਾਨੀਜਨਕ ਹੈ ਕਿ ਅਦਾਲਤ ਉਹਨਾਂ ਨੂੰ ਕਿਵੇਂ ਸੰਮਨ ਜਾਰੀ ਕਰ ਸਕਦੀ ਹੈ, ਜਦਕਿ ਇਸ ਡਰੱਗ ਕੇਸ ਦੇ ਵਿੱਚ ਟ੍ਰਾਇਲ ਖਤਮ ਹੋ ਚੁੱਕਿਆ। ਖਹਿਰਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਕਾਲ ਰਿਕਾਰਡ ਆਧਾਰ ਦੇ ਉੱਤੇ ਸੰਮਨ ਜਾਰੀ ਕੀਤਾ ਗਿਆ, ਜਿਸ ਵਿੱਚ ਐਡੀਸ਼ਨਲ PP ਨੇ ਫਾਜ਼ਿਲਕਾ ਅਦਾਲਤ ਦੇ ਵਿੱਚ ਗਲਤ ਢੰਗ ਨਾਲ ਉਹਨਾਂ ਉੱਪਰ 78 ਵਾਰ ਫੋਨ ਕਰਨ ਦਾ ਇਲਜ਼ਾਮ ਲਗਾਇਆ, ਜਦਕਿ ਕਾਲ ਰਿਕਾਰਡ ਦੀ ਜਾਂਚ ਕਰਨ ਉੱਪਰ ਇਹ ਨਾਮਾਤਰ ਪਾਏ ਗਏ ਨੇ। ਜੇਕਰ ਇੱਕ ਦੋਸ਼ੀ ਨੂੰ ਸਿਰਫ ਫੋਨ ਕਰਨਾ ਹੀ ਅਪਰਾਧ ਹੈ ਤਾਂ ਮਜੀਠੀਆ ਨੂੰ ਕਿਉਂ ਬਖਸ਼ਿਆ ਜਾ ਰਿਹਾ, ਜਦਕਿ ਜਗਦੀਸ਼ ਭੋਲਾ, ਬਿੱਟੂ ਔਲਖ, ਜਗਜੀਤ ਸਿੰਘ ਚਾਲ ਵਰਗੇ ਡਰੱਗ ਮਾਫੀਆ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਤਿਆਰ ਕੀਤੀ ਗਈ ਚਾਰਜਸ਼ੀਟ ਦੇ ਵਿੱਚ ਉਹਨਾਂ ਦਾ ਨਾਂ ਵੀ ਲਿਆ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ, ਭਾਵੇਂ ਸੁਖਪਾਲ ਸਿੰਘ ਖਹਿਰਾ ਦਾ ਮਾਮਲਾ ਸੁਲਝੇ ਜਾਂ ਇਸ ਤੋਂ ਵੀ ਵੱਧ ਉਲਝੇ, ਕਿਉਂਕਿ 30 ਨਵੰਬਰ ਨੂੰ ਨਿੱਜੀ ਤੌਰ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਨੂੰ ਮਾਣਯੋਗ ਅਦਾਲਤ ਦੇ ਮੂਹਰੇ ਪੇਸ਼ ਵੀ ਹੋਣਾ ਪਏਗਾ। ਪਰ ਇਸ ਸਭ ਕੁਝ ਦੇ ਬਾਵਜੂਦ ਪੰਜਾਬ ਦੇ ਵਿੱਚ ਰਾਜਨੀਤੀ ਗਰਮਾ ਚੁੱਕੀ ਹੈ। ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਜਿਹੜੀ, ਉਹ ਪਹਿਲਾਂ ਵਾਲੀ ਸਰਗਰਮੀ ਦੇ ਵਿੱਚ ਸਾਨੂੰ ਦਿਖਾਈ ਨਹੀਂ ਦਿੰਦੀ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਲੰਘੇ ਵੇਲੇ ਦੇ ਅੰਦਰ ਬਹੁਤ ਸਾਰੀ ਟੁੱਟ ਭੱਜ ਹੋਈ ਹੈ ਅਤੇ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਦੀ ਟੁੱਟ ਭੱਜ ਹੋਣੀ ਕੁਦਰਤੀ ਵੀ ਹੈ। ਪਰ ਇੱਕ ਗੱਲ ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਦੇ ਉੱਤੇ ਹਾਲੇ ਤੱਕ ਨਾ ਤਾਂ ਕੇਜਰੀਵਾਲ ਹੋਰੀ ਬੋਲੇ ਨੇ, ਨਾ ਭਗਵੰਤ ਮਾਨ ਹੋਰੀ ਬੋਲੇ ਨੇ, ਨਾ HS ਫੂਲਕਾ ਹੋਰੀ ਬੋਲੇ ਅਤੇ ਨਾ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਬਾਕੀ ਨੇਤਾ। ਸੋ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਖਹਿਰੇ ਦੇ ਹੱਕ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਆਗੂ ਵੀ ਘੱਟ ਬੋਲਦੇ ਨੇ ਜਾਂ ਨਹੀਂ ਬੋਲਦੇ, ਨਾਲ ਤੁਰਦੇ ਨੇ ਜਾਂ ਦਿਲੋਂ ਨਹੀਂ ਤੁਰਦੇ, ਤਾਂ ਖਹਿਰਾ ਹੋਰਾਂ ਦੀਆਂ ਮੁਸ਼ਕਲਾਂ ਦੇ ਵਿੱਚ ਮੈਨੂੰ ਨਿੱਜੀ ਤੌਰ 'ਤੇ ਜਾਪਦਾ ਹੈ ਕਿ ਸ਼ਾਇਦ ਹੋਰ ਵਾਧਾ ਹੋਵੇ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਕਈ ਧੜੇ ਬਣੇ ਹੋਏ ਨੇ ਪੰਜਾਬ ਦੇ ਅੰਦਰ ਇਸ ਵਕਤ। ਸੋ ਇਸ ਵਕਤ ਆਮ ਆਦਮੀ ਪਾਰਟੀ ਹੈ ਜਿਹੜੀ, ਉਹ ਕਸੂਤੀ ਇਸ ਕਰਕੇ ਘਿਰਨੀ ਜਾਪਦੀ ਹੈ ਕਿਉਂਕਿ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹਨਾਂ ਦੇ ਕੋਲ ਇੱਕ ਬਹੁਤ ਵੱਡਾ ਮੁੱਦਾ ਆ ਚੁੱਕਿਆ। ਜਿਵੇਂ ਪਹਿਲਾਂ ਗੱਲ ਕਹੀ ਆ ਕਿ ਇਸ ਮੁੱਦੇ ਨੂੰ ਹੋ ਸਕਦਾ ਸੁਲਝਣ ਦੇ ਉੱਤੇ ਟਾਈਮ ਨਾ ਲੱਗੇ ਅਤੇ ਹੋ ਸਕਦਾ ਇਹ ਹੋਰ ਉਲਝ ਜਾਵੇ, ਪਰ ਕਿਉਂਕਿ ਜਦੋਂ ਮੁੱਦਾ ਕਿਸੇ ਦੇ ਹੱਥ ਆ ਜਾਂਦਾ ਤਾਂ ਫਿਰ ਜਿਵੇਂ ਖਿਡਾਰੀ ਫੁੱਟਬਾਲ ਨੂੰ ਕਿੱਕ ਮਾਰ ਕੇ ਕਦੇ ਕਿਸੇ ਪਾਸੇ ਅਤੇ ਕਦੇ ਕਿਸੇ ਪਾਸੇ ਲਿਜਾਂਦੇ ਗੋਲ ਕਰਨ ਦੇ ਲਈ, ਇਸ ਵਕਤ ਗੋਲ ਕਰਨ ਦੀ ਕੋਸ਼ਿਸ਼ ਆ ਜਿਹੜੀ ਕਾਂਗਰਸ ਦੇ ਵੱਲੋਂ ਅਤੇ ਅਕਾਲੀ ਦਲ ਭਾਜਪਾ ਗੱਠਜੋੜ ਦੇ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਤਰਕ ਆਪਣੀ ਥਾਂ ਦੇ ਉੱਤੇ ਨੇ ਕਿ ਕਿਸ ਤਰੀਕੇ ਦੇ ਨਾਲ ਮੇਰਾ ਨਾਂ ਇਸ ਸੰਮਣ ਦੇ ਵਿੱਚ ਆ ਸਕਦਾ ਹੈ, ਕਿਵੇਂ ਮੈਨੂੰ ਇਹ ਸੰਮਣ ਜਾਰੀ ਹੋ ਸਕਦੇ ਆ। ਇੱਕ ਹੋਰ ਗੱਲ ਦੱਸਣੀ ਬਣਦੀ ਦੋਸਤੋ ਕਿ ਸੁਖਪਾਲ ਸਿੰਘ ਖਹਿਰਾ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜੱਜ ਸਾਹਿਬਾਨ ਵਰਗੇ ਅਹੁਦਿਆਂ ਦੇ ਉੱਤੇ ਬੈਠੇ ਹੋਏ ਲੋਕ ਹੈ। ਸੋ ਬਹੁਤ ਸਾਰੇ ਸੀਨੀਅਰ ਵਕੀਲ ਇਹਨਾਂ ਦੇ ਮਿੱਤਰ ਨੇ, ਇਸ ਕਰਕੇ ਹੋ ਸਕਦਾ ਇਹ ਵੀ ਵਿਚਲੀਆਂ ਕੁੰਡੀਆਂ ਫੜਨ ਅਤੇ ਇਸ ਮਾਮਲੇ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨ। ਇਹ ਨਿਕਲਣਗੇ ਜਾਂ ਨਹੀਂ ਨਿਕਲਣਗੇ ਇਹ ਭਵਿੱਖ ਦੇ ਗਰਭ ਦੇ ਵਿੱਚ ਲੁਕੀ ਹੋਈ ਗੱਲ ਹੈ, ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਜਿਸ ਮੁਸ਼ਕਲ ਦੀ ਘੜੀ ਦੇ ਵਿੱਚ ਖਹਿਰਾ ਖੁਰਾਂ ਨੂੰ ਅੱਜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਸੱਚੀ ਮੁੱਚੀ ਖਹਿਰਾ ਖੁਰੀ ਉਸ ਮੁਸ਼ਕਲ ਦੇ ਵਿੱਚ ਪੈਣਗੇ, ਕੀ ਇਹਨਾਂ ਦੀ ਜੋ ਵਿਰੋਧੀ ਧਿਰ ਦੇ ਨੇਤਾ ਵਾਲੀ ਭੂਮਿਕਾ ਉਹ ਬਰਕਰਾਰ ਰਹੇਗੀ, ਕੀ ਕੇਜਰੀਵਾਲ ਹੋਰੀ ਇਸ ਮਾਮਲੇ ਦੇ ਉੱਤੇ ਕੋਈ ਸਪਸ਼ਟ ਸਟੈਂਡ ਲੈਣਗੇ, ਕੀ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਬਾਕੀ ਸਾਥੀ ਨਾਲ ਖੜਨਗੇ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਜਿਹੜੇ ਲੋਕਾਂ ਦੇ ਉੱਤੇ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਵਿੱਚ ਨੇ, ਉਹਨਾਂ ਨੂੰ ਕਦੇ ਸੰਮਣ ਜਾਰੀ ਹੋਏ ਨੇ, ਕਦੇ ਚਾਰਜਸ਼ੀਟ ਹੋਈ ਹੈ, ਕਦੇ ਕੁਝ ਹੋਇਆ, ਕਦੇ ਕੁਝ ਹੋਇਆ, ਉਹਨਾਂ ਦੇ ਖਿਲਾਫ਼ ਵੀ ਕਦੇ ਕੋਈ ਕਾਰਵਾਈ ਹੋਏਗੀ ਜਾਂ ਫਿਰ ਨਹੀਂ। ਇਹਦੇ ਨਾਲ ਇੱਕ ਹੋਰ ਗੱਲ ਜੋੜਨੀ ਬਣਦੀ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਇਹ ਗੱਲ ਸਖ਼ਤ ਲਹਿਜ਼ੇ ਦੇ ਵਿੱਚ ਪਿਛਲੇ ਦਿਨੀ ਕਹੀ ਗਈ ਸੀ ਕਿ ਜਿੰਨੇ ਵੀ ਦਾਗੀ ਨੇ ਉਹਨਾਂ ਨੂੰ ਤੁਸੀਂ ਚੋਣ ਲੜਨ ਦੇ ਉੱਤੇ ਪਾਬੰਦੀ ਲਾਓ, ਕਿਉਂਕਿ ਦਾਗੀ ਲੋਕ ਲਗਾਤਾਰ ਵੱਖ ਵੱਖ ਥਾਵਾਂ ਦੇ ਉੱਤੇ ਅਹਿਮ ਅਹੁਦਿਆਂ ਦੇ ਉੱਤੇ ਬੈਠ ਜਾਂਦੇ ਨੇ। ਸੋ ਲੋੜ ਵੀ ਇਸ ਗੱਲ ਦੀ ਹੈ ਦੋਸਤੋ ਕਿ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਦੇ ਵਿੱਚ ਵੱਖ ਵੱਖ ਜੁਰਮਾਂ ਦੇ ਵਿੱਚ ਸ਼ਾਮਲ ਰਹੇ ਲੋਕਾਂ ਨੂੰ ਲੋਕ ਸਭਾ, ਵਿਧਾਨ ਸਭਾ ਜਾਂ ਰਾਜ ਸਭਾ ਦੀਆਂ ਪੌੜੀਆਂ ਚੜ੍ਹਨ ਤੋਂ ਰੋਕਿਆ ਜਾਵੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ।
ਪਰ ਪਹਿਲਾਂ ਲੈਂਦੇ ਛੋਟੀ ਜਿਹੀ ਬ੍ਰੇਕ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਵਿੱਚ ਦੇਖ ਸਕਦੇ ਹੋ। ਰੀਅਲ ਟੀਵੀ ਚੈਨਲ ਨੰਬਰ 160 ਐਂਡ 361, ਲਾਈਵ ਟੀਵੀ ਚੈਨਲ ਨੰਬਰ 225, ਕਰੂਜ਼ ਟੀਵੀ ਚੈਨਲ ਨੰਬਰ 111, ਸ਼ਾਵਾ ਟੀਵੀ ਚੈਨਲ ਨੰਬਰ 399। ਵਾਚ ਅਸ ਵਰਲਡ ਵਾਈਡ ਔਨ ਯਪ ਟੀਵੀ, ਐਪਲ ਟੀਵੀ, ਸਮਾਰਟ ਟੀਵੀ, ਐਕਸਬਾਕਸ, PS4, ਐਮਾਜ਼ਾਨ ਫਾਸਟਿਕ, ਰੋਕੂ ਐਂਡ ਅਦਰ ਪਲੇਟਫਾਰਮਸ। ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਤੇ ਸਭ ਤੋਂ ਜ਼ਰੂਰੀ, ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਸੁਖਪਾਲ ਸਿੰਘ ਖਹਿਰਾ ਦੀ ਗੱਲ ਅਸੀਂ ਪਹਿਲੀ ਖਬਰ ਦੇ ਜ਼ਰੀਏ ਕੀਤੀ ਹੈ, ਪਰ ਜੇਕਰ ਗੱਲ ਅਸੀਂ ਸੁਖਬੀਰ ਸਿੰਘ ਬਾਦਲ ਅਤੇ ਸੁਨੀਲ ਜਾਖੜ ਹੋਰਾਂ ਦੀ ਕਰੀਏ ਤਾਂ ਇਹ ਵੀ ਅੱਜ ਕੱਲ੍ਹ ਇੱਕ ਦੂਜੇ ਦਾ ਫਿਊਜ਼ ਉਡਾਉਣ ਦੇ ਉੱਤੇ ਤੁਲੇ ਹੋਏ ਆ। ਜਾਣਦੇ ਆਪਾਂ ਸਾਰੇ ਹਾਂ ਕਿ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਕੀਤੀ ਗਈ ਹੈ। ਮਹਿੰਗੀ ਵੀ ਹੁਣ ਤੋਂ ਨਹੀਂ, ਸਗੋਂ ਅਪ੍ਰੈਲ ਮਹੀਨੇ ਤੋਂ ਮਹਿੰਗੀ ਕਰ ਦਿੱਤੀ ਗਈ ਹੈ ਅਤੇ ਜਿਹੜੇ ਪੁਰਾਣੇ ਬਿੱਲ ਨੇ ਉਹ ਨਵੇਂ ਬਿੱਲਾਂ ਦੇ ਨਾਲ ਜੁੜ ਜੁੜ ਕੇ ਆਇਆ ਕਰਨਗੇ ਅਤੇ ਪੰਜਾਬ ਦੇ ਲੋਕ ਜਿਹੜੇ ਕਿ ਪਹਿਲਾਂ ਹੀ ਮਹਿੰਗਾਈ ਕਰਕੇ ਤਰ੍ਹਾਂ ਤਰ੍ਹਾਂ ਕਰ ਰਹੇ ਆ, ਉਹਨਾਂ ਦੀ ਜੇਬ ਦੇ ਵਿੱਚ ਇੱਕ ਹੋਰ ਵੱਡਾ ਬਿੱਲ ਪਊਗਾ ਅਤੇ ਉਹਨਾਂ ਦਾ ਖੀਸਾ ਫਟਣਾ ਕੁਦਰਤੀ ਹੈ। ਕਾਰਨ ਇਹ ਹੈ ਵੀ ਇੱਥੇ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋਈ ਜਾਂਦੀਆਂ, ਖਰਚੇ ਵੱਧ ਨੇ ਅਤੇ ਆਮਦਨ ਲੋਕਾਂ ਦੀ ਘਟੀ ਜਾਂਦੀ ਹੈ। ਖਾਸ ਕਰਕੇ ਕਿਸਾਨ ਵਰਗ ਦੇ ਨਾਲ ਜੋ ਜੋ ਚੁਣੌਤੀਆਂ ਦਰਪੇਸ਼ ਨੇ ਆਪਾਂ ਸਾਰੇ ਜਾਣਦੇ ਹਾਂ। ਪਰ ਪਿਛਲੇ ਦਿਨੀ ਸੁਨੀਲ ਜਾਖੜ ਹੋਰਾਂ ਨੇ ਇਹ ਗੱਲ ਕਹਿ ਦਿੱਤੀ ਕਿ ਜੋ ਬਿਜਲੀ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਇਹਦੇ ਲਈ ਅਕਾਲੀ ਦਲ ਦੀ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਉਹ 5% ਬਿਜਲੀ ਦੇ ਮੁੱਲ ਦੇ ਵਿੱਚ ਵਾਧਾ ਕਰ ਗਈ ਸੀ। ਪਰ ਹੁਣ ਉਲਟੇ ਰੂਪ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸੁਨੀਲ ਜਾਖੜ ਹੋਰੀ ਇਸ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹਨਾਂ ਦੀਆਂ ਆਪਣੀਆਂ ਕਾਰਕਰਦਗੀਆਂ ਮਾੜੀਆਂ, ਇਹ ਪੰਜਾਬ ਦੇ ਲੋਕਾਂ ਦੀ ਹਿਤੈਸ਼ੀ ਨਹੀਂ, ਇਹ ਲੋਕ ਪੱਖੀ ਗੱਲਾਂ ਸਿਰਫ ਕਾਗਜ਼ਾਂ ਦੇ ਜ਼ਰੀਏ ਕਰਦੇ ਆ, ਜਦਕਿ ਇਹ ਲੋਕ ਪੱਖੀ ਲੋਕ ਨਹੀਂ ਹਨ। ਇਸ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਸੁਨੀਲ ਜਾਖੜ ਇਹਨਾਂ ਦੇ ਸਿੰਘ ਫਸੇ ਹੋਏ ਸਾਡੇ ਸਾਹਮਣੇ ਨੇ ਅਤੇ ਇਸ ਸੰਬੰਧ ਦੇ ਵਿੱਚ ਜਿਹੜੀ ਰਿਪੋਰਟ ਪ੍ਰਾਪਤ ਹੋਈ ਹੈ ਉਹਦਾ ਵੇਰਵਾ ਇਸ ਤਰੀਕੇ ਨਾਲ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਰਮਿਆਨ ਬਿਜਲੀ ਦਰਾਂ ਦੇ ਮੁੱਦੇ ਉੱਤੇ ਤੋਮਤਬਾਜ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ। ਦੋਹਾਂ ਆਗੂਆਂ ਵੱਲੋਂ ਇੱਕ ਦੂਜੇ ਦੇ ਖਿਲਾਫ਼ ਰੋਜ਼ਾਨਾ ਬਿਆਨ ਦਾਗਣ ਦਾ ਅਮਲ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਿਜਲੀ ਦਰਾਂ ਦੇ ਵਾਧੇ ਦੇ ਮਾਮਲੇ 'ਤੇ ਬਾਦਲ ਸਰਕਾਰ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੂੰ ਨਿਸ਼ਾਨਾ ਬਣਾ ਰਹੇ ਨੇ, ਉੱਥੇ ਦੂਜੇ ਪਾਸੇ ਸੁਖਬੀਰ ਵੱਲੋਂ ਵੀ ਜਵਾਬੀ ਹਮਲੇ ਜਾਰੀ ਨੇ। ਨਿੱਜੀ ਖੇਤਰ ਦੇ ਥਰਮਲਾਂ ਦੇ ਮੁੱਦੇ ਉੱਤੇ ਵੀ ਕਾਂਗਰਸ ਪ੍ਰਧਾਨ ਨੇ ਸੁਖਬੀਰ ਬਾਦਲ ਨੂੰ ਘੇਰਨ ਦਾ ਯਤਨ ਕੀਤਾ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਜਾਰੀ ਕੀਤੇ ਗਏ ਤਾਜ਼ਾ ਬਿਆਨ ਰਾਹੀਂ ਕਾਂਗਰਸੀ ਆਗੂ ਉੱਤੇ ਗੁੰਮਰਾਹਕੁੰਨ ਬਿਆਨਬਾਜ਼ੀ ਕਰਨ ਅਤੇ ਝੂਠ ਬੋਲਣ ਦੇ ਦੋਸ਼ ਲਗਾਏ ਨੇ। ਸੁਖਬੀਰ ਸਿੰਘ ਬਾਦਲ ਨੇ ਸੁਨੀਲ ਜਾਖੜ ਖਿਲਾਫ਼ ਸਖ਼ਤ ਭਾਸ਼ਾ ਦੀ ਵਰਤੋਂ ਕਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਕੈਪਟਨ ਸਰਕਾਰ ਵੱਲੋਂ ਬਿਜਲੀ ਦਰਾਂ ਦੇ ਵਿੱਚ ਕੀਤੇ ਗਏ ਵਾਧੇ ਮਗਰੋਂ ਊਲ ਜਲੂਲ ਦੋਸ਼ ਲਾਉਣ ਦੀ ਖੇਡ ਨਾ ਖੇਡਣ। ਉਹਨਾਂ ਨੇ ਕਿਹਾ ਕਿ ਜੇਕਰ ਅਕਾਲੀ ਦਲ ਭਾਜਪਾ ਸਰਕਾਰ ਨੇ 2016 ਦੇ ਵਿੱਚ ਬਿਜਲੀ ਦਰਾਂ ਵਿੱਚ 5% ਵਾਧਾ ਕਰਨ ਦੀ ਸਹਿਮਤੀ ਦਿੱਤੀ ਸੀ ਤਾਂ 2016-17 ਵਿੱਚ ਬਿਜਲੀ ਦਰਾਂ ਦੇ ਵਿੱਚ ਕਟੌਤੀ ਕਿਉਂ ਹੋਈ, ਇਸ ਬਾਰੇ ਵੀ ਜਾਖੜ ਸਥਿਤੀ ਸਪਸ਼ਟ ਕਰਨ। ਛੋਟੇ ਬਾਦਲ ਨੇ ਸੂਬਾ ਕਾਂਗਰਸ ਦੇ ਪ੍ਰਧਾਨ ਜਾਖੜ ਨੂੰ ਕਿਹਾ ਕਿ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਦੇ ਲਈ ਉਹ ਘਿਨਾਉਣੀ ਰਾਜਨੀਤੀ ਨਾ ਕਰਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ 2016-17 ਵਿੱਚ ਬਿਜਲੀ ਦਰਾਂ ਨਹੀਂ ਸੀ ਵਧਾਈਆਂ ਤਾਂ ਕਾਂਗਰਸ ਪ੍ਰਧਾਨ ਕਿਉਂ 2017-18 ਲਈ ਬਿਜਲੀ ਦਰਾਂ ਵਿੱਚ ਕੀਤੇ 12% ਦੇ ਭਾਰੀ ਵਾਧੇ ਨੂੰ ਸਹੀ ਠਹਿਰਾਉਣ ਲਈ ਕਿਸੇ 3-3 MOU ਦਾ ਬਹਾਨਾ ਬਣਾ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਅਸੀਂ ਗੱਲ ਕਹਾਂਗੇ ਕਿ ਬਿਜਲੀ ਦਰਾਂ ਦੇ ਵਿੱਚ ਵਾਧੇ ਦੇ ਲਈ ਭਾਵੇਂ ਸਾਬਕਾ ਸਰਕਾਰ ਜ਼ਿੰਮੇਵਾਰ ਹੋਵੇ ਅਤੇ ਭਾਵੇਂ ਮੌਜੂਦਾ ਸਰਕਾਰ ਜ਼ਿੰਮੇਵਾਰ ਹੋਵੇ, ਸਵਾਲਾਂ ਦਾ ਸਵਾਲ ਸਭ ਤੋਂ ਵੱਡਾ ਇਹੀ ਹੈ ਕਿ ਬੋਝ ਕਿਹੜੇ ਲੋਕਾਂ ਦੇ ਉੱਤੇ ਪਿਆ। ਬੋਝ ਸਿਰਫ ਅਤੇ ਸਿਰਫ ਆਮ ਲੋਕਾਂ ਨੂੰ ਝੱਲਣਾ ਪੈਣਾ ਅਤੇ ਇਹਨਾਂ ਲੋਕਾਂ ਨੇ ਆਪਸ ਦੇ ਵਿੱਚ ਕੁੱਕੜਾਂ ਵਾਂਗ ਲੜਦੇ ਰਹਿਣਾ ਅਤੇ ਅਖਬਾਰਾਂ ਦੇ ਸਫ਼ੇ ਭਰਦੇ ਰਹਿਣੇ ਆ ਅਤੇ TV ਚੈਨਲਾਂ ਦੇ ਉੱਤੇ ਖਬਰਾਂ ਚੱਲਦੀਆਂ ਰਹਿਣੀਆਂ ਨੇ ਅਤੇ ਇਹੀ ਲੋਕ ਇਹ ਗੱਲਾਂ ਚਾਹੁੰਦੇ ਨੇ ਅਤੇ ਇਸ ਤੋਂ ਇਲਾਵਾ ਇਹ ਕੁਝ ਹੋਰ ਕਰ ਵੀ ਨਹੀਂ ਸਕਦੇ। ਇਸ ਵਕਤ ਪੰਜਾਬ ਦੇ ਲੋਕ ਜਿਹੜੇ ਕਿ ਆਰਥਿਕ ਤੰਗੀਆਂ ਤੁਰਸ਼ੀਆਂ ਦਾ ਬੇਹੱਦ ਸਾਹਮਣਾ ਕਰ ਰਹੇ ਆ, ਉਹਨਾਂ ਨੂੰ ਜਦੋਂ ਬਿਜਲੀ ਦਰਾਂ ਦੇ ਵਿੱਚ ਵਾਧੇ ਦਾ ਬੋਝ ਮਹਿਸੂਸ ਹੋਣਾ ਸ਼ੁਰੂ ਹੋਇਆ ਤਾਂ ਉਹ ਸੜਕਾਂ ਦੇ ਉੱਤੇ ਵੀ ਨਿਤਰਨੇ ਸ਼ੁਰੂ ਹੋਏ ਆ।
ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਪਿਛਲੇ ਦਿਨੀ ਬਠਿੰਡੇ ਦੇ ਵਿੱਚ ਵੱਡੀ ਗਿਣਤੀ ਲੋਕਾਂ ਨੇ ਇਕੱਠੇ ਹੋ ਕੇ ਆਪਣੇ ਸਿਰਾਂ ਦੇ ਉੱਤੇ ਬਿਜਲੀ ਦੇ ਮੀਟਰ ਰੱਖ ਕੇ ਅਤੇ ਆਪਣੇ ਮੂੰਹ ਦੇ ਉੱਤੇ ਬਿਜਲੀ ਦੇ ਬਿੱਲ ਲਪੇਟ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਹ ਵਿਰੋਧ ਪ੍ਰਦਰਸ਼ਨ ਕਰਨ ਦਾ ਮਤਲਬ ਇਹੀ ਹੈ ਕਿ ਲੋਕ ਚਾਹੁੰਦੇ ਆ ਪਾਰਟੀ ਕੋਈ ਆਵੇ ਅਤੇ ਕੋਈ ਪਾਰਟੀ ਜਾਵੇ ਪਰ ਸਾਡੇ ਉੱਤੇ ਬੋਝ ਵਾਧੂ ਨਾ ਪਵੇ। ਆਪਾਂ ਇਹ ਵੀ ਜਾਣਦੇ ਦੋਸਤੋ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਸਿਆਸੀ ਨੇਤਾ, ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਸਰਕਾਰੀ ਅਧਿਕਾਰੀ ਨੇ ਜਿਨ੍ਹਾਂ ਨੇ ਲੱਖਾਂ ਰੁਪਈਏ ਦਾ, ਕਰੋੜਾਂ ਰੁਪਈਏ ਦਾ ਬਿਜਲੀ ਦਾ ਬਿੱਲ ਪਿਛਲੇ ਕਈ ਕਈ ਵਰ੍ਹਿਆਂ ਤੋਂ ਹਾਲੇ ਤੱਕ ਜਮ੍ਹਾਂ ਨਹੀਂ ਕਰਵਾਇਆ। ਜੇ ਤਾਂ ਕੋਈ ਆਮ ਮਾਤੜ ਬੰਦਾ ਹੋਵੇ ਉਹਦਾ 2000 ਦਾ, 1500 ਦਾ, 2500 ਦਾ ਬਿੱਲ ਖੜ੍ਹਾ ਹੋਵੇ ਅਤੇ 2-4 ਮਹੀਨਿਆਂ ਬਾਅਦ ਦੇਖ ਕੇ ਅਤੇ ਉਹਦਾ ਜਿਹੜਾ ਕਨੈਕਸ਼ਨ ਕੱਟ ਦਿੱਤਾ ਜਾਂਦਾ ਹੈ। ਪਰ ਇਹ ਜਿਹੜੇ ਲੋਕ ਸਰਦੇ ਪੁੱਜਦੇ ਨੇ, ਜਿਹੜੇ ਬਿੱਲ ਜਮ੍ਹਾਂ ਕਰਵਾ ਸਕਦੇ ਆ ਪਰ ਜਾਣ ਕੇ ਨਹੀਂ ਕਰਵਾਉਂਦੇ ਕਿ ਸਾਨੂੰ ਕਿਹੜਾ ਕਿਸੇ ਨੇ ਕੁਝ ਕਰ ਦੇਣਾ, ਜਦੋਂ ਇਹਨਾਂ ਦੇ ਕੋਲੋਂ ਬਿੱਲ ਨਹੀਂ ਵਸੂਲੇ ਜਾਂਦੇ ਤਾਂ ਫਿਰ ਬੋਝ ਆਮ ਲੋਕਾਂ ਦੇ ਉੱਤੇ ਹੀ ਕਿਉਂ ਪਾਉਣ ਦੀ ਤਿਆਰੀ ਕੀਤੀ ਜਾਂਦੀ ਹੈ? ਸਾਡੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਲੋਕ ਪੱਖੀ ਹਾਂ, ਸਾਡੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਸਬਸਿਡੀਆਂ ਮੁਹੱਈਆ ਕਰਵਾਉਣੀਆਂ, ਸਾਡੀਆਂ ਸਰਕਾਰਾਂ ਇਹ ਵੀ ਗੱਲ ਕਹਿੰਦੀਆਂ ਕਿ ਅਸੀਂ ਲੋਕਾਂ ਬਾਰੇ ਸੋਚਣ ਤੋਂ ਬਿਨਾਂ ਕਦੇ ਹੋਰ ਗੱਲ ਸੋਚੀ ਕੋਈ ਨਹੀਂ। ਪਰ ਲੋਕਾਂ ਦੇ ਬਾਰੇ ਕਿੰਨਾ ਕੁ ਸੋਚਿਆ ਜਾਂਦਾ? ਇਹਦੇ ਬਾਬਤ ਹਰ ਰੋਜ਼ ਕਈ ਕਿਸਮ ਦੀਆਂ ਖਬਰਾਂ ਸਭ ਨੂੰ ਮਿਲਦੀਆਂ ਨੇ। ਦੋਸਤੋ, ਆਪਾਂ ਸਾਰੇ ਜਾਣਦੇ ਹਾਂ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ ਅਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਸੂਬੇ ਦੇ ਮੁੱਖ ਮੰਤਰੀ ਨੇ, ਇਹਨਾਂ ਦਰਮਿਆਨ 36 ਦਾ ਅੰਕੜਾ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਹੈ। ਸ਼ਾਇਦ ਤੁਹਾਨੂੰ ਚੇਤੇ ਹੋਵੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ ਸੂਬਾ ਪ੍ਰਧਾਨਗੀ ਦੀ ਜਿਹੜੀ ਕੁਰਸੀ ਹੈ ਉਹ ਖੋਹ ਲਈ ਸੀ ਅਤੇ ਉਸ ਤੋਂ ਬਾਅਦ ਕਿਵੇਂ ਇਹਨਾਂ ਦੇ ਵੱਲੋਂ ਕਾਂਗਰਸ ਹਾਈਕਮਾਨ ਦੇ ਉੱਤੇ ਦਬਾਅ ਬਣਾ ਕੇ ਆਪਣਾ ਨਾਮ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਤੌਰ 'ਤੇ ਐਲਾਨਿਆ ਗਿਆ ਸੀ। ਸੋ ਉਸ ਵਕਤ ਕਈ ਕਿਸਮ ਦੀਆਂ ਖਬਰਾਂ ਆਈਆਂ ਸਨ ਕਿ ਕਿਵੇਂ ਕੈਪਟਨ ਅਮਰਿੰਦਰ ਸਿੰਘ ਦਬਾਅ ਬਣਾ ਕੇ ਆਪਣੇ ਨਾਂ ਨੂੰ ਸਭ ਤੋਂ ਮੂਹਰੇ ਕਰ ਜਾਂਦੇ ਆ ਅਤੇ ਪ੍ਰਤਾਪ ਸਿੰਘ ਬਾਜਵਾ ਵਰਗੇ ਆਗੂ ਬਿੱਟ ਬਿੱਟ ਤੱਕਦੇ ਰਹਿ ਜਾਂਦੇ ਆ। ਇਸ ਕਰਕੇ ਮਨਾਂ ਦੇ ਵਿੱਚ ਜਿਹੜੀਆਂ ਗੰਢਾਂ ਵੱਜੀਆਂ ਉਹ ਹਾਲੇ ਖੁੱਲ੍ਹਣ ਦਾ ਨਾਂ ਨਹੀਂ ਲੈਂਦੀਆਂ ਅਤੇ ਇਹ ਗੰਢਾਂ ਸਗੋਂ ਹੋਰ ਹੁਣ ਪਿਚਕਣੀਆਂ ਸ਼ੁਰੂ ਹੋ ਚੁੱਕੀਆਂ ਨੇ। ਕਾਰਨ ਇਹਦੇ ਪਿੱਛੇ ਇਹ ਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਤਾਂ ਚਾਹੁੰਦਾ ਕਿ ਪੰਜਾਬ ਦੀ ਰਾਜਨੀਤੀ ਦੇ ਨਾਲ ਹੀ ਸੰਬੰਧਿਤ ਰਹਾਂ। ਮੈਂ ਤਾਂ ਕਈ ਮਹੀਨੇ ਪਹਿਲਾਂ ਰਾਹੁਲ ਗਾਂਧੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ। ਇਸ ਕਰਕੇ ਮੈਂ ਤਾਂ ਹੁਣ ਵੀ ਅਸਤੀਫਾ ਦੇਣ ਨੂੰ ਤਿਆਰ ਹਾਂ ਜੇਕਰ ਰਾਹੁਲ ਗਾਂਧੀ ਹੋਰੀ ਚਾਹੁਣ ਤਾਂ। ਅਤੇ ਜਾਪਦਾ ਇਹ ਹੈ ਕਿ ਹੁਣ ਪ੍ਰਤਾਪ ਸਿੰਘ ਬਾਜਵਾ ਵੀ ਪੁਰਾਣੇ ਫਾਰਮੂਲੇ ਦੇ ਉੱਤੇ ਚੱਲਦਿਆਂ, ਜਿਹਨੂੰ ਅਪਣਾ ਕੇ ਕੈਪਟਨ ਅਮਰਿੰਦਰ ਸਿੰਘ ਇੱਥੋਂ ਤੱਕ ਪਹੁੰਚੇ ਆ, ਉਸੇ ਫਾਰਮੂਲੇ 'ਤੇ ਚੱਲਦਿਆਂ ਹਾਈਕਮਾਂਡ ਦੇ ਉੱਤੇ ਦਬਾਅ ਬਣਾਉਣਾ ਚਾਹੁੰਦੇ ਆ ਕਿ ਤੁਸੀਂ ਸਾਨੂੰ ਸੂਬੇ ਦੀ ਰਾਜਨੀਤੀ ਆ ਜਿਹੜੀ ਇਹਦੇ ਵਿੱਚ ਸਰਗਰਮ ਕਿਉਂ ਨਹੀਂ ਰਹਿਣ ਦੇ ਰਹੇ। ਆਪਾਂ ਇਹ ਵੀ ਜਾਣਦੇ ਹਾਂ ਕਿ ਜਿਹੜੀ ਗੁਰਦਾਸਪੁਰ ਦੀ ਜ਼ਿਮਨੀ ਚੋਣ ਹੋਈ ਹੈ ਇਹਦੇ ਵਿੱਚ ਬਾਜਵਾ ਹੋਰੀ ਚਾਹੁੰਦੇ ਸੀ ਕਿ ਉਹਨਾਂ ਦੀ ਧਰਮ ਪਤਨੀ ਚਰਨਜੀਤ ਕੌਰ ਬਾਜਵਾ ਨੂੰ ਟਿਕਟ ਮਿਲੇ ਅਤੇ ਪਰ ਚੱਲੀ ਉੱਥੇ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ। ਸੁਨੀਲ ਜਾਖੜ ਹੋਰੀ 1,93,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਆ। ਪਰ ਹੁਣ ਜਿਹੜੀਆਂ ਗੱਲਾਂ ਪ੍ਰਤਾਪ ਸਿੰਘ ਬਾਜਵਾ ਨੇ ਕਹੀਆਂ ਨੇ ਉਹ ਧਿਆਨ ਖਿੱਚਣ ਵਾਲੀਆਂ। ਇਹਨਾਂ ਨੇ ਇਹ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ 2019 ਦੇ ਵਿੱਚ ਤੁਹਾਨੂੰ ਹੀ ਗੁਰਦਾਸਪੁਰ ਦੀ ਲੋਕ ਸਭਾ ਦੀ ਸੀਟ ਮਿਲੂਗੀ, ਪਰ ਐਨ ਵਿਚਾਲੇ ਆ ਗਈ ਵਿਨੋਦ ਖੰਨੇ ਦੇ ਜਾਣ ਤੋਂ ਬਾਅਦ ਜ਼ਿਮਨੀ ਚੋਣ। ਇਸ ਕਰਕੇ ਹੁਣ ਜਦੋਂ ਸੁਨੀਲ ਜਾਖੜ ਦੀ ਝੋਲੀ ਦੇ ਵਿੱਚ ਜਿੱਤ ਪੈ ਚੁੱਕੀ ਹੈ ਤਾਂ 2019 ਦੇ ਵਿੱਚ ਵੀ ਜੇਕਰ ਇਹਨਾਂ ਨੂੰ ਹੀ ਟਿਕਟ ਮਿਲਦੀ ਹੈ ਤਾਂ ਫਿਰ ਅਸੀਂ ਰਾਜਨੀਤੀ ਦੇ ਵਿੱਚ ਕਿੱਥੇ ਖੜ੍ਹੇ ਹਾਂ? ਇੱਕ ਤਾਂ ਸਾਨੂੰ ਜਵਾਬ ਇਹ ਮਿਲੇ। ਪੱਤਰਕਾਰਾਂ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਅਤੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿੰਨੇ ਅੰਕ ਦਿੰਦੇ ਹੋ? ਇਹਨਾਂ ਨੇ 10 ਦੇ ਵਿੱਚੋਂ 5 ਅੰਕ ਦਿੱਤੇ ਆ ਕੈਪਟਨ ਸਰਕਾਰ ਨੂੰ। ਹਾਲਾਂਕਿ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੇ ਵੱਲੋਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਬਹੁਤ ਚੰਗਾ ਕਿਹਾ ਜਾਵੇ ਜਾਂ ਬਹੁਤ ਮਾੜਾ ਕਿਹਾ ਜਾਵੇ ਇਹ ਕੋਈ ਮਾਇਨੇ ਨਹੀਂ ਰੱਖਦਾ, ਪਰ ਕਿਉਂਕਿ ਬਰਾਬਰ ਦੇ ਨੇਤਾ ਹੋਣ, ਭਾਵੇਂ ਦੂਜੇ ਨੰਬਰ ਦੇ ਉੱਤੇ ਬਾਜਵਾ ਹੋ ਰਹੀ ਆ, ਕੈਪਟਨ ਹੋਰੀ ਪਹਿਲੇ ਨੰਬਰ ਦੇ ਉੱਤੇ ਹੈ, ਇਸ ਕਰਕੇ ਜਦੋਂ ਇੱਕ ਦੂਜੇ ਦੇ ਖਿਲਾਫ ਇਹੋ ਜਿਹੇ ਸਿਲਸਿਲੇ ਸ਼ੁਰੂ ਹੋ ਜਾਣ ਬੋਲਬਾਣੀ ਦੇ ਤਾਂ ਸਭ ਦਾ ਧਿਆਨ ਖਿੱਚਿਆ ਜਾਣਾ ਕੁਦਰਤੀ ਹੈ। ਉਹਦਾ ਵੇਰਵਾ ਇਸ ਤਰੀਕੇ ਨਾਲ ਕਿ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅਹਿਮ ਇੰਕਸ਼ਾਫ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਤੋਂ ਉਹ ਖੁਸ਼ ਨਹੀਂ, ਇਸ ਲਈ ਉਹਨਾਂ ਨੇ 3 ਮਹੀਨੇ ਪਹਿਲਾਂ ਆਪਣਾ ਅਸਤੀਫਾ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਸੀ। ਉਸ ਅਸਤੀਫੇ ਨਾਲ ਉਹਨਾਂ ਇੱਕ ਚਿੱਠੀ ਵੀ ਲਿਖੀ ਸੀ ਕਿ ਜੇ ਪੰਜਾਬ ਸਰਕਾਰ ਸੁਖਬੀਰ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਵਿਕਰਮ ਸਿੰਘ ਮਜੀਠੀਆ ਅਤੇ ਤੋਤਾ ਸਿੰਘ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦੀ ਤਾਂ ਮੈਂ ਕੀ ਕਰਾਂ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹਨਾਂ ਚਾਰੇ ਅਕਾਲੀ ਆਗੂਆਂ ਨੂੰ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਉੱਤੇ ਜੇਲ੍ਹੀ ਡੱਕਣ ਵਾਸਤੇ ਆਖਿਆ ਸੀ ਅਤੇ ਉਹ ਹਾਲੇ ਵੀ ਆਪਣੇ ਸਟੈਂਡ ਦੇ ਉੱਤੇ ਕਾਇਮ ਨੇ। ਇੱਕ TV ਚੈਨਲ ਨੂੰ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਕਹਿਣਗੇ ਤਾਂ ਉਹ ਫਿਰ ਅਸਤੀਫਾ ਦੇ ਦੇਣਗੇ। ਬਾਜਵਾ ਨੇ ਅੱਗੇ ਕਿਹਾ ਕਿ ਉਹ ਆਪਣੇ ਸਟੈਂਡ ਦੇ ਉੱਤੇ ਕਾਇਮ ਰਹਿੰਦੇ ਨੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ 6 ਨਵੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਇਹ ਫਿਰ ਮੁੱਦਾ ਉਠਾਇਆ ਜਾਊਗਾ। ਉਹਨਾਂ ਨੇ ਕਿਹਾ ਕਿ ਕੈਪਟਨ ਤੋਂ ਪੁੱਛਣਾ ਬਣਦਾ ਹੈ ਕਿ ਹਾਲੇ ਤੱਕ ਇਹਨਾਂ 4 ਪ੍ਰਮੁੱਖ ਅਕਾਲੀ ਆਗੂਆਂ ਦੇ ਖਿਲਾਫ਼ ਕੋਈ ਕਾਰਵਾਈ ਕਿਹੜੀ ਗੱਲੋਂ ਨਹੀਂ ਹੋਈ।
ਅਤੇ ਸੰਖੇਪ ਦੇ ਵਿੱਚ ਟਿੱਪਣੀ ਕਰਦੇ ਹਾਂ ਦੋਸਤੋ, ਅਸੀਂ ਇਹ ਗੱਲ ਕਹਾਂਗੇ ਕਿ ਪ੍ਰਤਾਪ ਸਿੰਘ ਬਾਜਵਾ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਤਿਲ ਮਿਲਾ ਰਹੇ ਨੇ, ਉਸ ਤੋਂ ਬਾਅਦ ਕਈ ਕਿਸਮ ਦੇ ਸਵਾਲ ਨਵੇਂ ਉੱਠਦੇ ਆ ਕਿ ਕੀ ਇਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਗੁਰਦਾਸਪੁਰ ਦੀ ਰਾਜਨੀਤੀ ਦੇ ਵਿੱਚ ਸਾਡੇ ਪਰਿਵਾਰ ਨੂੰ ਪੱਕੇ ਤੌਰ ਦੇ ਉੱਤੇ ਪਰੇ ਨਾ ਕਰ ਦਿੱਤਾ ਜਾਵੇ। ਹੁਣ ਜਦੋਂ ਬਾਜਵਾ ਹੋਰੀ ਵਾਰ ਵਾਰ ਕਹਿੰਦੇ ਆ ਕਿ ਅਸੀਂ ਤਾਂ ਸੂਬੇ ਦੀ ਸੇਵਾ ਕਰਨੀ ਚਾਹੁੰਦੇ ਹਾਂ ਅਤੇ ਅਸੀਂ ਤਾਂ ਕੌਮੀ ਰਾਜਨੀਤੀ ਦੇ ਵਿੱਚੋਂ ਪਰੇ ਹੋਣ ਦੇ ਇੱਛੁਕ ਹਾਂ, ਇਸ ਕਰਕੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਤੌਖਲੇ ਖੜ੍ਹੇ ਹੁੰਦੇ ਨੇ ਕਿ ਇਹ ਜਿਹੜਾ ਬੋਲਬਾਣੀ ਵਾਲਾ ਸਿਲਸਿਲਾ ਇਹ ਆਉਂਦੇ ਸਮੇਂ ਦੇ ਵਿੱਚ ਵੱਡਾ ਵੀ ਹੋ ਸਕਦਾ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਇਸ ਮਾਮਲੇ 'ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ, ਪਰ ਜਿਹੜੇ ਤਿੱਖੇ ਤੇਵਰ ਪ੍ਰਤਾਪ ਸਿੰਘ ਬਾਜਵਾ ਨੇ ਇੱਕ TV ਚੈਨਲ ਨੂੰ ਦਿੱਤੀ ਇੰਟਰਵਿਊ ਦੇ ਮੌਕੇ ਅਪਣਾਏ ਨੇ, ਉਸ ਤੋਂ ਬਾਅਦ ਇਹ ਜਾਪਦਾ ਕਿ ਕਾਂਗਰਸ ਦੇ ਵਿੱਚ ਵੀ ਸਭ ਕੁਝ ਅੱਛਾ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਮੁੱਖ ਮੰਤਰੀ ਦੇ ਅਹੁਦੇ ਉੱਤੇ ਨੇ, ਉਹਨਾਂ ਦੇ ਆਲੇ ਦੁਆਲੇ ਚਹੇਤਿਆਂ ਦੀ ਇੱਕ ਫੌਜ ਨੇ ਘੇਰਾ ਕੱਤਿਆ ਹੋਇਆ, ਪਰ ਸਾਰੇ ਉਸ ਫੌਜ ਦੇ ਵਿੱਚ ਚਹੇਤੇ ਨਹੀਂ, ਸੱਚੇ ਦਿਲੋਂ ਨਾਲ ਤੁਰਨ ਵਾਲੇ ਨਹੀਂ। ਅਤੇ ਇਸ ਵਕਤ ਕਈ ਵੱਡੇ ਨੇਤਾ ਇਹੋ ਜਿਹੇ ਨੇ ਜਿਹੜੇ ਇਹ ਸੋਚਦੇ ਆ ਕਿ ਅਸੀਂ ਵਾਰ ਵਾਰ ਵਿਧਾਇਕ ਬਣੇ ਹਾਂ ਪਰ ਫਿਰ ਵੀ ਸਾਨੂੰ ਕਾਂਗਰਸ ਦੇ ਵੱਲੋਂ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹਾਸ਼ੀਏ ਦੇ ਉੱਤੇ ਰੱਖਿਆ ਜਾ ਰਿਹਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ। ਪ੍ਰਾਈਮ ਏਸ਼ੀਆ TV ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ ਬੈੱਲ ਸੈਟੇਲਾਈਟ ਚੈਨਲ ਨੰਬਰ 685, ਬੈੱਲ 5 TV ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਵਾਚ ਅਸ ਵਰਲਡ ਵਾਈਡ ਔਨ ਯੱਪ TV, ਐਪਲ TV, ਸਮਾਰਟ TV, ਐਕਸਬਾਕਸ, PS4, ਐਮਾਜ਼ਾਨ ਫਾਸਟਿਕ, ਰੋਕੂ ਐਂਡ ਅਦਰ ਪਲੇਟਫਾਰਮਸ। ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ, ਤੇ ਸਭ ਤੋਂ ਜ਼ਰੂਰੀ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ TV ਤੁਹਾਡਾ ਆਪਣਾ ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ, ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਪੰਜਾਬ ਦੇ ਵਿੱਚ ਕਤਲੋ ਗਾਰਤ ਦਾ ਸਿਲਸਿਲਾ ਨਵਾਂ ਨਹੀਂ, ਸਗੋਂ ਹਰ ਰੋਜ਼ ਕਿਸੇ ਨਾ ਕਿਸੇ ਪਾਸੇ ਗੋਲੀ ਚੱਲਣ ਦੀ ਆਵਾਜ਼ ਸੁਣਦੀ ਹੈ, ਹਰ ਰੋਜ਼ ਕਿਸੇ ਨਾ ਕਿਸੇ ਵਿਅਕਤੀ ਦੇ ਕਤਲ ਹੋ ਜਾਣ ਦੀ ਖਬਰ ਪ੍ਰਾਪਤ ਹੋ ਜਾਂਦੀ ਹੈ। ਹੁਣ ਇਸੇ ਸਿਲਸਿਲੇ ਦੇ ਤਹਿਤ ਗੀਤ ਬਰਾੜ ਨਾਂ ਦੀ ਇੱਕ ਕੁੜੀ ਦੇ ਕਤਲ ਦੀ ਖਬਰ ਸਾਹਮਣੇ ਆਈ ਹੈ। ਇਹ ਕੁੜੀ ਮੇਕਅਪ ਆਰਟਿਸਟ ਸੀ, ਯਾਨੀ ਕਿ ਜੋ ਬਿਊਟੀ ਪਾਰਲਰ ਦਾ ਕੰਮ ਹੁੰਦਾ, ਚਿਹਰੇ ਸਵਾਰਨ ਦਾ ਕੰਮ ਹੁੰਦਾ, ਉਹ ਕੰਮ ਕਰਦੀ ਸੀ ਅਤੇ ਕੁੜੀ ਬੜੀ ਮਿਹਨਤੀ ਸੀ ਅਤੇ ਪੰਜਾਬੀ ਫਿਲਮ ਖੇਤਰ ਦੇ ਵਿੱਚ ਇਸ ਕੁੜੀ ਦਾ ਚੋਖਾ ਨਾਮਣਾ ਸੀ। ਪਰ ਇਸ ਕੁੜੀ ਦਾ ਕਤਲ ਕੌਣ ਕਰ ਗਿਆ, ਰਾਜਪੁਰੇ ਦੇ ਵਿੱਚੋਂ ਇਸ ਕੁੜੀ ਦੀ ਲਾਸ਼ ਮਿਲੀ ਹੈ, ਜ਼ਿੰਮੇਵਾਰ ਕੌਣ ਹੈ, ਇਹ ਬਹੁਤ ਵੱਡਾ ਸਵਾਲ ਸੋਸ਼ਲ ਮੀਡੀਆ ਦੇ ਉੱਤੇ ਖੜ੍ਹਾ ਹੋਇਆ, ਕਿਉਂਕਿ ਗੀਤ ਬਰਾੜ ਆ ਜਿਹੜੀ ਉਹ ਬਹੁਤ ਸਾਰੇ ਚੰਗੇ ਕਲਾਕਾਰਾਂ ਦੇ ਨਾਲ ਸੰਪਰਕ ਦੇ ਵਿੱਚ ਸੀ, ਇਹਦਾ ਦਾਇਰਾ ਕਾਫੀ ਵਿਸ਼ਾਲ ਸੀ, ਪਰ ਇਸ ਕੁੜੀ ਦੇ ਜਾਣ ਦੇ ਉੱਤੇ ਜੋ ਸਾਡਾ ਸਮੁੱਚਾ ਸੰਗੀਤਕ ਜਗਤ ਹੈ ਉਹਦੇ ਉੱਤੇ ਵੱਡੀ ਸੱਟ ਵੱਜੀ ਹੈ। ਪਰ ਹੁਣ ਜਾਣਕਾਰੀ ਇਹ ਮਿਲੀ ਹੈ ਕਿ ਪੁਲਿਸ ਦੇ ਵੱਲੋਂ ਮਨਜੀਤ ਥਿੰਦ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਖੁਦ ਨੂੰ ਨਿਰਦੇਸ਼ਕ ਵੀ ਦੱਸਦਾ ਹੈ ਅਤੇ ਜਿਹਦੇ ਕੋਲ ਹਮੇਸ਼ਾ ਕੈਮਰੇ ਹੁੰਦੇ ਆ। ਇਹ ਵਿਅਕਤੀ ਲੰਮਾ ਸਮਾਂ ਆਸਟ੍ਰੇਲੀਆ ਦੇ ਵਿੱਚ ਵੀ ਰਿਹਾ, ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਅਤੇ ਪਤਾ ਲੱਗੇਗਾ ਕਿ ਇਹ ਕਤਲ ਕਿਉਂ ਕੀਤਾ ਗਿਆ, ਕਿਹੜੇ ਕਿਹੜੇ ਕਾਰਨ ਇਹਦੇ ਪਿੱਛੇ ਜ਼ਿੰਮੇਵਾਰ ਸੀ, ਪਰ ਅੰਦਾਜ਼ੇ ਇਸ ਗੱਲ ਦੇ ਲੱਗ ਰਹੇ ਆ। ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮੁਤਲਕ ਖੁਲਾਸਾ ਕੀਤਾ ਜਾਣਾ ਬਾਕੀ ਹੈ। ਅੰਦਾਜ਼ੇ ਇਸ ਗੱਲ ਦੇ ਕਿ ਸ਼ਾਇਦ ਮਨਜੀਤ ਦਾ ਗੀਤ ਦੇ ਨਾਲ ਕੋਈ ਪੈਸਿਆਂ ਦੇ ਲੈਣ ਦੇਣ ਦਾ ਰੌਲਾ ਹੋਵੇ, ਪਰ ਜਿਸ ਤਰੀਕੇ ਦੇ ਨਾਲ ਨਿਰਦਈ ਪੁਣਾ ਵਰਤ ਕੇ ਇਸ ਕੁੜੀ ਦਾ ਕਤਲ ਕੀਤਾ ਗਿਆ, ਇਸ ਕੁੜੀ ਦੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ, ਇਹ ਮੇਰਾ ਖਿਆਲ ਆ ਵੀ ਸਾਡੇ ਸੱਭਿਅਕ ਸਮਾਜ ਦੀ ਸੋਚ ਦੇ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਨ ਵਾਲੀ ਵੀ ਗੱਲ ਹੈ। ਸਾਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਦੋਸਤੋ ਕਿ ਪੰਜਾਬ ਦੇ ਵਿੱਚ ਕਿਵੇਂ ਕਤਲੋ ਗਾਰਤ ਦਾ ਸਿਲਸਿਲਾ ਅੱਗੇ ਤੋਂ ਅੱਗੇ ਵੱਧ ਰਿਹਾ। ਕਦੇ ਕਿਸੇ ਹਿੰਦੂ ਨੇਤਾ ਦਾ ਕਤਲ ਹੋ ਜਾਂਦਾ ਹੈ, ਕਦੇ ਕਿਸੇ RSS ਦੇ ਆਗੂ ਦਾ ਕਤਲ ਹੋ ਜਾਂਦਾ ਹੈ, ਕਦੇ ਕਿਸੇ ਸਾਬਕਾ ਅਕਾਲੀ ਆਗੂ ਦਾ ਕਤਲ ਹੋ ਜਾਂਦਾ ਹੈ, ਕਦੇ ਕਿਸੇ ਮੌਜੂਦਾ ਅਕਾਲੀ ਆਗੂ ਦੇ ਉੱਤੇ ਹਮਲਾ ਹੁੰਦਾ ਹੈ, ਕਦੇ ਕਿਸੇ ਕਾਂਗਰਸੀ ਨੂੰ ਘੇਰਾ ਪਾ ਕੇ ਕੁੱਟਿਆ ਜਾਂਦਾ ਹੈ। ਇਹ ਸਾਰਾ ਕੁਝ ਪੰਜਾਬ ਦੇ ਵਿੱਚ ਕਿਉਂ ਹੋਣ ਲੱਗ ਪਿਆ ਅਤੇ ਕਿਹਨਾਂ ਦੀ ਅਗਵਾਈ ਦੇ ਵਿੱਚ ਹੋਣ ਲੱਗ ਪਿਆ, ਕੌਣ ਕੌਣ ਇਹਦੇ ਪਿੱਛੇ ਜ਼ਿੰਮੇਵਾਰ ਹੈ, ਇਹ ਬਹੁਤ ਵੱਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਕਦੇ ਵੀ ਕਿਸੇ ਰਾਜਨੀਤਿਕ ਵਿਅਕਤੀ ਦੇ ਵੱਲੋਂ ਸੰਤੁਸ਼ਟੀ ਵਾਲੇ ਤਰੀਕੇ ਨਾਲ ਨਹੀਂ ਦਿੱਤਾ ਜਾਣਾ। ਸੋ ਪੰਜਾਬ ਦੇ ਲੋਕ ਇਸ ਵਕਤ ਸਹਿਮ ਦੇ ਪਰਛਾਵੇਂ ਵਿੱਚੋਂ ਲੰਘ ਰਹੇ ਆ। ਪੰਜਾਬ ਦੇ ਲੋਕ ਚਾਹੁੰਦੇ ਆ ਕਿ ਗੁਰੂਆਂ, ਪੀਰਾਂ, ਫਕੀਰਾਂ, ਪੈਗੰਬਰਾਂ ਦੀ ਵਸਾਈ ਹੋਈ ਪੰਜਾਬ ਦੀ ਜੋ ਨਗਰੀ ਆ ਇਹ ਸੁੱਖੀ ਸਾਂਦੀ ਵਸੇ, ਪਰ ਜਦੋਂ ਹੁਣ ਗੀਤ ਬਰਾੜ ਦੇ ਕਤਲ ਦੀ ਖਬਰ ਸਾਹਮਣੇ ਆਈ ਹੈ ਤਾਂ ਪਿਛਲੇ ਕਤਲਾਂ ਦੀਆਂ ਖਬਰਾਂ ਇੱਕਦਮ ਜ਼ਿਹਨ ਦੇ ਵਿੱਚ ਤਰੋ ਤਾਜ਼ਾ ਹੋ ਗਈਆਂ ਨੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ।
ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਹੁਣ ਇੰਡੀਆ ਵਿੱਚ ਵੀ ਦੇਖ ਸਕਦੇ ਹੋ ਐਮਾਜ਼ਾਨ ਫਾਇਰ ਸਟਿਕ ਦੇ ਜ਼ਰੀਏ। ਵਾਚ ਅਸ ਵਰਲਡ ਵਾਈਡ ਔਨ ਯੱਪ ਟੀਵੀ, ਐਪਲ ਟੀਵੀ, ਸਮਾਰਟ ਟੀਵੀ, ਐਕਸਬਾਕਸ, PS4, ਐਮਾਜ਼ਾਨ ਫਾਇਰ ਸਟਿਕ, ਰੋਕੂ ਐਂਡ ਅਦਰ ਪਲੇਟਫਾਰਮਸ। ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਤੇ ਸਭ ਤੋਂ ਜ਼ਰੂਰੀ, ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।